साईं सदीक सरदार नशीर तुसा दोस्तों की नजर आ सरदार आवाज देने तेरा दारी आली मेरे मालिका तेरा दारी आली आली शफात दाए बस सवाल मेरा इको बात दाए तेरी तो तेनो आख दे song
ਸੁਣ ਲੈਂਦਾ ਇਨਸਾਨ
حضرت محمد مصطفیٰ صلی اللہ علیہ وآلہ وسلم سرکار کی شان بکارا بھی چند روپیہ تو سب دوستوں کی نظر سرکار والے دینے میرا نبی سونا سارے جگ نالو اصل ہے سچے مسلمان دا دل تفقیر شاعر محترمانی فنفی سرکار نے جیندے جیا نہ ہور محبوب کوئی جیندے جیا نہ ہور محبوب کوئی
नजर गैर की जाए ना लगे Thank you.
دل میں عشق نبی کی ہو ایسی لگا روح تڑپتی رہے دل مچلتا رہے زندگی کا مزہ ہے زندگی کا مزہ ہے کہ ہر سانس سے زندگی کا مزہ ہے کہ ہر سانس سے محمد نکلتا رہے یا محمد محمد میں کہتا رہا یا محمد محمد میں کہتا رہا ہوں موتیوں کی لڑی بن گئی تھی موتیوں کی لڑی بن گئی آئی تو سے ملاتا رہا Thank you.
سرکار نی آمد ہوئی مرد کلندر سرکار قلم کشائی کرنے آنے او دنیا تے جد ہر پکا پل کھا لے اللہ ہوں
ਸਾਡੇ ਭਾਈ ਮੈਂਬਰ ਜ਼ਫਰਾਨ ਸਾਹਿਬ ਦੀ ਚਾਹਤ ਹੈ ਤੇ ਦੋ ਬੋਲ ਤੁਸੀਂ ਨਜ਼ਰ ਆ ਚੰਗੇ ਲਈ ਲਿਆ ਸੁਣਿਆ
मेरे भाई राजा इब्रार साहब, अल्लाह पाक उनकी शिफाए कामला अता फरमाए, उन्होंने नजर करना मैं एक बोल बड़ा प्यारा रूमी कश्मीर आपने खड़ी सरकार नाम सरकार आवाज है किस भी उंगली पढ़ के तुरसो
ਪੇਸ਼ ਕੀਤਾ ਤੇ ਆਖਰੀ ਬੋਲ ਮੈਂ ਤੁਸਾਂ ਦੋਸਤਾਂ ਦੀ ਨਜ਼ਰ ਕਸਾਂ ਸਹੀ ਦਰਜ਼ੋ ਅਦਾ ਕੀ ਵੀ ਆ ਜੱਗ ਬੇ ਲੈ ਆ ਅਸੀਂ ਲਗੇ ਪਾ
Thank you.
मैं शेर और पढ़ना चाहना सा अनी फकीर सरकार ना क्योंकि राय साहब नहीं चाहता राजे लफरान साहब नहीं मैं काफी दफा राजे वहीद कासिम सरदार सदस्य पेश की थी लेकिन ये काफी दिन हो गए मैं इसकी नजर नहीं मारी मैं कोशिश कर सा मेरे रहने से तो पूरी आज है क्योंकि 50 to 60 कली है ऐसे मैं कोशिश करता यहाँ जेडे बोल मेरे रहने जाए राय साहब बने मुर्दा दिला मुर्दा दिला दिया तड़के ना तेज हुई एक अजब समा समा सी चमने अंदर
खुशबू समाई ऐसी रंग सारे ही चमन दा बदल गया मेरे करिए रंग सारे ही चमन दा बदल गया हर एक चीज दे उते शबाब आया ऐले चमन बेसाख दा फूल उठे ਸਾਖਤਾ ਬੋਲ ਉੱਠੇ ਇਨਕਲਾਬ ਆਇਆ ਸਿਗਰਾਣੇ ਵੇਖੋ ਫੇਰ ਮੇਰੇ ਬੇਲੀਓ ਵੇਖੋ ਫੇਰ ਸ਼ਕਾਰੀਆਂ ਜਾਲਤਾ ਨੇ ਮੱਚਿਆ ਸ਼ੋਰ ਯਾਰ ਤਰਫ ਸਿਆ ਗਿਆ ਕੇ ਅਸਦੇ ਵਸਦੇ ਚਮਨ ਦੀਆਂ ਰੌਣਕਾਂ ਨੂੰ ਕਾਤਲ ਖੁਸ਼ੀਆਂ ਦੇ ਕਰਨੇ ਬਰਬਾਦ ਆ ਗਏ ਮੇਰੇ ਬੇਲੀਓ ਚੌਕ ਵੇਖੇ ਉਹ ਜਦ ਫੁਲਬਲਾਂ ਪੋਲੀਆਂ ਮਾਲੀ ਫੁੱਲਾਂ ਦੀ ਸੇਜ ਸਜਾਉਣ ਲੱਗੇ ਆਸ਼ਕ ਹੁਸਨ ਦਾ ਲੈਣ ਸਵਾਦ ਆਇਆ ਮਾਲੀ ਫੁੱਲਾਂ ਦੀ ਸੇਜ ਸਜਾਉਣ ਲੱਗੇ ਆਸ਼ਕ ਵਸਲ ਦਾ ਲੈਣ ਸਵਾਦ ਆਇਆ ਮੇਰੇ ਬੇਲੀਏ ਐਲੇ ਚਮਨ ਉਹ ਐਲੇ ਚਮਨ ਕੇ ਸਖਤਾ ਬੋਲ ਉੱਠੇ ਭੁੱਲ ਗਏ ਸਭ ਗੁਜ਼ਰੀ ਗੁਜ਼ਰੀ ਖਿਲਾ ਦਾ ਖਮ ਆਲੇ ਚਮਨ ਸਾਰੇ ਸ਼ਾਦ ਬਾਰੀ ਹੋ ਗਏ ਹਰ ਪਾਸੇ ਸੀ ਇੰਜ ਮਹਿਸੂਸ ਆਉਂਦਾ ਜਿਵੇਂ ਕੈਦ ਥੀ ਕੈਦੀ ਆਜ਼ਾਦ ਹੋ ਗਏ ਭੁੱਲ ਗਏ ਸਭ ਗੁਜ਼ਰੀ ਖਿਲਾ ਦਾ ਗਮ ਐਲੇ ਚਮਨ ਸਾਰੇ ਸ਼ਾਦ ਬਾਲਿਓ ਗੇ ਹਰ ਪਾਸੇ ਸੀ ਇੰਜ ਮਹਿਸੂਸ ਆਉਂਦਾ ਜਿਵੇਂ ਕੈਦ ਥੀ ਕੈਦੀ ਆਜ਼ਾਦ ਹੋ ਗੇ ਉਹ ਚਮਨ ਵਾਲਿਆਂ ਦੀ ਕਿਸਮਤ ਬਦਲ ਗਈ ਏ ਬੇ ਮੁਰਾਦ ਸਾਰੇ ਥਾ ਮਰਾ ਦਿਓ ਗੇ ਉਜੜੇ ਹੋਏ ਮੈਂ ਖਾਣੇ ਜੋ ਬੁੱਧਤਾ ਦੇ ਅੱਜ ਬਹਾਰ ਦੇ ਵਿੱਚ ਆਬਾਦ ਹੋ ਗਏ ਕਾਸਮ ਜੁੰਮਦੇ ਕਾਸਮ ਜੁੰਮਦੇ ਖੁਸ਼ੀ ਦੇ ਨਾਲ ਵੇਖੇ ਕਾਸਮ ਜੁੰਮਦੇ ਖੁਸ਼ੀ ਦੇ ਨਾਲ ਵੇਖੇ ਅੱਖ ਰਿੰਗਾਂ ਦੇ ਜਾਮੇ ਜਾਮੇ ਸ਼ਰਾਬ ਆਇਆ ਐਲੇ ਚਮਨ ਦੇ ਸਖਤਾ ਬੋਲ ਉੱਠੇ ਚਮਨ ਦੇ ਸਖਤਾ ਬੋਲ ਉੱਠੇ ਇਨਕਲਾਬ ਆਇਆ ਇਨਕਲਾਬ ਆਇਆ ਰੋਂਦਿਆਂ ਸਿੱਧੀਆਂ ਅੱਖੀਆਂ ਚੋ ਅਥਰੂ ਠੁੱਲਣ ਦਾ ਗੁੱਸਾ ਨੀ ਯਾਰ ਅਸ਼ਲੀ ਸ਼ਾਮਾਂ ਪੈਰ ਦਾ ਦਿਲ ਵਿੱਚ ਦਰਦ ਉੱਠਦੇ
जाइए कदा ढोल शराब होवे
ਬਸ ਸਜਣਾ ਦੇ ਲਈ ਮਗਾਏ ਵੇ ਸਕੇ ਉਹ ਸਜਣਾ ਦੇ ਲਈ ਮਗਾਏ ਵੇ ਸਕੇ ਉਹ ਖੁਸ਼ੀਆਂ ਦਾ ਮੌਕਾ ਤੇ ਰੱਜ ਰੱਜ ਕੇ ਉਹ ਸਜਣਾ ਦੇ ਲਈ ਮਗਾਏ ਵੇ ਸਕੇ ਮਗਾਏ ਵੇ ਸਕੇ ਮਗਾਏ ਵੇ ਸਕੇ ਨਸ਼ਿਆਂ ਦਾ ਖੂਨ ਦਾ ਸ਼ਰਾਬ ਵਿੱਚ ਕੇ ਭਾਈ ਨਸ਼ਿਆਂ ਦਾ ਖੂਨ ਦਾ ਸ਼ਰਾਬ ਵਿੱਚ ਕੇ ਉਹ ਖੁਸ਼ੀਆਂ ਦਾ ਮੌਕਾ ਏ ਤੇ ਰੱਜ ਰੱਜ ਪੀ ਉਹ ਸੱਜਣਾ ਦੇ ਲਈ ਮਗਾਏ ਵੇ ਸਕੇ ਮਗਾਏ ਵੇ ਸਕੇ ਮਗਾਏ ਵੇ ਸਕੇ ਸ਼ਰਾਬ ਵਿੱਚ ਕੇ ਉਹ ਨਸ਼ਿਆਂ ਦਾ ਖੂਨ ਦਾ ਸ਼ਰਾਬ ਵਿੱਚ ਕੇ ਉਹ ਖੁਸ਼ੀਆਂ ਦਾ ਮੌਕਾ ਏ ਤੇ ਰੱਜ ਰੱਜ ਪੀ ਉਹ ਸੱਜਣਾ ਦੇ ਲਈ ਮਗਾਏ ਵੇ ਸਕੇ ਮਗਾਏ ਵੇ ਸਕੇ ਮਗਾਏ ਵੇ ਸਕੇ ਖੁਸ਼ੀਆਂ ਦਾ ਮੌਕਾ ਏ ਤੇ ਰੱਜ ਰੱਜ ਪੀ ਸੱਜਣਾ ਦੇ ਲਈ ਮਗਾਏ ਵੇ ਸਕੇ ਮਗਾਏ ਵੇ ਸਕੇ ਕਾਮ ਨਾਲ ਜਾਮ ਟਕਰਾਈ ਜਾਵਾਂਗੇ ਨਸ਼ਿਆਂ ਤਾਂ ਲਾਈ ਜਾਵਾਂਗੇ ਦੁਨੀਆ ਨੂੰ ਨਸ਼ਿਆਂ ਤਾਂ ਲਾਈ ਜਾਵਾਂਗੇ ਹੋਰ ਰਿੰਦਾ ਦੀ ਇਹ ਮਹਿਫਲ ਥਾ ਹਰ ਰਿੰਦਾ ਵਾਂਗੋ ਕੇ ਪਰ ਰਿੰਦਾ ਦੀ ਇਹ ਮਹਿਫਲ ਥਾ ਹੋਰ ਰਿੰਦਾ ਵਾਂਗੋ ਕੇ ਉਹ ਖੁਸ਼ੀਆਂ ਦਾ ਮੌਕਾ ਏ ਤੇ ਰੱਜ ਰੱਜ ਪੀ ਉਹ ਸੱਜਣਾ ਦੇ ਲਈ ਮਗਾਏ ਵੇ ਸਕੇ ਮਗਾਏ ਵੇ ਸਕੇ ਮਗਾਏ ਵੇ ਸਕੇ ਨਾਲ ਵਾਲਿਓ
ਨਸ਼ਾਇਆ ਦਾ ਖੂਨ ਦਾ ਸ਼ਰਾਬ ਵਿੱਚ ਕੇ ਉਹ ਖੁਸ਼ੀਆਂ ਦਾ ਮੌਕਾ ਏ ਤੇ ਰੱਜ ਰੱਜ ਪੀਣੀ ਸੱਜਣਾ ਦੇ ਲਈ ਮਗਾਏ ਵਿਸਕੇ ਮਗਾਏ ਵਿਸਕੇ ਮਗਾਏ ਵਿਸਕੇ ਸਾਡੇ ਮੋਹਤਰਮ ਰਾਜਾ ਬਾਬਰ ਰਾਜਾ ਹੁਰਮ ਰਾਜਾ ਨਾਜ਼ਰ ਇਹਨਾਂ ਦੋਸਤਾਂ ਦੀ ਚਾਹਤ ਦੇ ਮੁਤਾਬਕ ਇੱਕ ਦੋ ਬੋਲ ਜਿਤਨੇ ਵੀ ਦੂਲਾ ਸਾਹਿਬ ਦੇ ਦੋਸਤ ਬੈਠੇ ਹੋਏ ਇੱਕ ਦੋ ਬੋਲ ਇਹਨਾਂ ਦੋਸਤਾਂ ਦੀ ਚਾਹਤ ਹੈ ਚੁੰਨੀਆਂ ਤੇ ਕਬਾਰ ਤੇ ਲਿਖਵੇ
ਜ਼ਫਰਾਨ ਸਾਹਿਬ, ਰਾਜਾ ਅਮਜਦ ਸਾਹਿਬ, ਰਾਜਾ ਫੈਸਲ ਸਾਹਿਬ, ਸਾਡੇ ਭਾਈ ਰਾਜਾ ਜ਼ਫੀਰ ਸਾਹਿਬ, ਅੱਜ ਇਸ ਮਹਿਫਲ ਦੇ ਚੀਫ ਗੈਸਟ ਸਾਡੇ ਭਾਈ ਅਰਸ਼ਾਦ ਸਾਹਿਬ, ਰਾਜਾ ਅਰਸ਼ਾਦ ਸਾਹਿਬ, ਔਰ ਭਾਈ ਇਮਰਾਨ ਸਾਹਿਬ, ਜਿਗਰ ਹੋਰ ਜਿਹੜੇ ਸਾਹਿਬਾਨ ਨੇ, ਇਹਨਾਂ ਦੀ ਨਜ਼ਰ ਮੈਂ ਦੋ ਬੋਲ ਕਰਨਾ ਆ। ਤੁਸੀਂ ਰਾਜੇ ਅਮਜਦ ਸਾਹਿਬ ਤੇ ਸਾਡੇ ਭਾਈ ਜ਼ਫਰਾਨ ਸਾਹਿਬ, ਭਾਈ ਫੈਸਲ ਸਾਹਿਬ ਦੀ ਇਜਾਜ਼ਤ ਹੈ ਤੇ ਦੂਲੇ ਸਾਹਿਬ ਦੀ ਨਜ਼ਰ ਕਰਨਾ, ਇਹ ਦੋ ਬੋਲ। ਸਰਕਾਰ ਪਰੀ ਇਮਾਮ ਪਰੀ, ਹੱਥ ਪਰੀ ਪਰੀ ਸਰਕਾਰ ਪਰੀ ਇਮਾਮ ਪਰੀ।
ਕਸਰ ਵਿੱਚ ਪਾਇਆ ਮੱਝੀ ਕਾਜ ਨੂੰ ਸਿਰ ਵਿੱਚ ਪਾਇਆ ਤੇ ਪੈਰ ਮਰੇ ਦਿਲ ਜਾਈ
ਅੱਗੇ ਪਹੁੰਚਿਆ ਸਭ ਵਾਸਤੇ ਦਵਾਈਆਂ ਕਲਾਮਾਤ ਮੇਰੇ ਭਾਈ ਰਾਜਾ ਅਗਰ ਨਮੋਦ ਖਿਦਰ ਉਹਨਾਂ ਦਾ ਲਿਖਿਆ ਸ਼ੇਰ ਸਰਕਾਰ ਆਵਾਜ਼ ਦੀ ਨੇ Oh.
اچھا
राज साहब ने हुक्म आ कि एक दो दो शेर शराब ने पढ़ो। चाहत के मुताबिक एक दो बोल इन्हें दोस्तों की चाहत पर सुनाने जिसे मर्ज़ा मालाया
उस्ताद और उस्ताद साईं अहमद अली रानी सरकार ने शेर एक दो सुनाओ मैं क्योंकि दो शेर सुनासा तुसां दोस्तां की तो उसने तो बाद स्टार थोड़ी जी सेट करी दिख दो दो बैंड तो वाकया कर दो बुला क्योंकि टाइम हूँ सुबह का होना पे बड़ा प्यारा शेर सादे लफ्जा तुसां दोस्तां की अदर करना मैं काशी राम गुसल किया गुसल करी अपने महल की छत पर चढ़िया आवा ने एक चौंका आया उसने बाल आवा में लहराम लाने पे साईं साहब जिस वक्त तकिया तो उन्हें रोना शुरू कर दिया काशी राम मैं दिले हाथ दसे फिर ही साईं साहब जो तकिया तो रोन लगी पे पर सारे कुल तो नसीबा लिए मैं दी है कि जड़ी इसने हाथ भी छूनी पी काशीराम जिस वक्त दो अदां दसियां इसने बावजूद भी साईं साहब रोना शुरू किया तो काशीराम अपने महल की छत पर थले आया तो साईं साहब को पूछना मैं तुसां दी सरकार दो अदां दसियां इसने बावजूद भी तुसां रोना शुरू करी दिता इसे मौसम ने साजिद कहानी शारजा इमरान कहानी अबू जैबी अरफात कहानी अबू जैबी आसम दुबई एस के एम साउंड सर्विस अली गुरफराश कबरा कहानी साहब प्रोपराइटर ये सारे भाई है जी काशीराम साईं साहब ने हाथ बोया कि सरकार तुसा की दो अदा दसियां आज से बावजूद भी तुसा रोना शुरू कर दिता तो साईं साहब काशीराम ने हाथ बोए तेरे रुखी तू जिसने जुल्फ पलटी ओ तबादे सबासी मैं नहीं सी ओ तेरिया दस्ता उते जिसने दिए बोसे ओ इक रंगे अलासी मैं नहीं सी जिसने नर्म किया और क्या रसासी मैं नहीं सी और सया नाल तेरे जिसने मौज मारी कोई वो भी मेरी वफासी मैं नहीं सी मैं नहीं सी क्योंकि
एक दफा दसने कि साईं साहब अपने कमरे च आराम करने पे सनिया दोस्ता गया काशी राम की डोली चबाओ तखड़िया वाकई हकीकी आशके जिसलै उन्होंने काशी राम की डोली चबाया साई साहब की पता चलिया साई साहब कोशिश की मैं इस डोली के बंदे नाल गल करा घर आया बंदे आखिया कुदू लोग जानी भी किसी की फरात है उन्हें आखिया नहीं मैं डोली के बंदे नाल दो गल कर सा क्योंकि उन्होंने पता सा मैं इस डोली में कहड़ा बंदा आ तो काशी राम नाल बहा तो पौने आने रुखे रुखे रमीन तू चुक मरदा Yeah.
ਕਿਸ਼ਨ ਸਾਹਿਬ ਬੱਗਾ ਨਾਲ ਤਲਕ ਨਵੀਨ ਸਤੀ ਬੱਗਾ ਨੰਬਰਦਾਰ ਸ਼ਕੀਲ ਸਾਹਿਬ ਔਰ ਸਾਹਿਬ ਮੋਹਤਰਮ ਮਲਕ ਸਾਹਿਬ ਇਹਨਾਂ ਦੀ ਚਾਹਤ ਹੈ ਇੱਕ ਗੱਲ ਬਹਿਤਰੀ ਦਰਜੀ ਰਾਜੀ ਦਾ ਲੈ ਲੈ
دو گلا کربلا جتنے بھی سارے محترم راجا ظفر صاحب اور دودھا صاحب نے جتنے مہمان آئے ہوئے انہوں دوستوں نے چاہت کے مطابق اور بگا تو جتنے سارے مہمان بیٹھے ہوئے انہوں دوستوں نے چاہت کے مطابق آخر ایک دو گلا حاضری کے طور واقع کربلا دیا سرکار فرمانے
ਗਲਤੀ ਨਾ ਮਾਫ ਕਰੇ ਮਿਹਰਬਾਨੀ।